ਸਵਾਗਤ ਹੈ ਇੱਕ ਆਪਣੇ ਸ਼ੌਂਕੀ ਡੇਅਰੀ ਫਾਰਮ 'ਤੇ। ਅੱਜ ਦੀ ਵੀਡੀਓ ਆਪਣੀ ਮਿੱਤਰੋ ਮੇਲੇ ਦੀ ਕਰ ਰਹੇ ਹਾਂਗੇ ਅਤੇ ਰਾਮਪੁਰੇ ਦੇ ਵਿੱਚ ਵੈਟਨਰੀ ਕਾਲਜ ਵਿੱਚ ਪਹਿਲੀ ਵਾਰ ਪਸ਼ੂ ਮੇਲਾ ਲੱਗਿਆ ਸੀ ਅਤੇ ਜਿਹਦੇ ਵਿੱਚ ਸਾਨੂੰ ਸਾਰਿਆਂ ਨੂੰ ਪਹਿਲਾਂ ਨਾ ਮਤਲਬ ਵੈਟਨਰੀ ਕਾਲਜ ਦੀਆਂ ਸਟਾਲਾਂ ਦਿਖਾਉਣਾ ਜਿਹਦੇ ਵਿੱਚ ਮੱਖੀ ਪਾਲਣ, ਮੱਛੀ ਪਾਲਣ, ਠੀਕ ਹੈ, ਪਸ਼ੂਆਂ ਦੇ ਸ਼ੈੱਡ ਜਾਂ ਮਤਲਬ ਪਰਾਲੀ ਤੋਂ ਕਿਵੇਂ ਫੀਡ ਨੂੰ ਬਣਾਉਣਾ ਹੈ, ਪੂਰਾ ਇਕੱਠ ਕੁੱਠ ਜ਼ਿਆਦਾ ਰੌਣਕ ਮੇਲਾ ਲੱਗਿਆ ਹੋਇਆ ਸੀਗਾ ਕਾਲਜ ਦੇ ਵਿੱਚ। ਅਤੇ ਆਪਣੀਆਂ ਜਿਹੜੀਆਂ ਦੂਜੀਆਂ ਫੀਡ ਦੀਆਂ ਦਵਾਈਆਂ ਦੀਆਂ ਉਹ ਵੀ ਬਹੁਤ ਸਾਰੀਆਂ ਸਟੋਲਾਂ ਸੀਗੀਆਂ ਲੱਗੀਆਂ ਹੋਈਆਂ। ਅਤੇ ਜਿਵੇਂ ਆਪਾਂ ਕੋਈ ਮੋਟਾ ਮੋਟਾ ਤੁਹਾਨੂੰ ਦਿਖਾਵਾਂਗੇ ਇਹਦੇ ਵਿੱਚ, ਅਤੇ ਦੇਖ ਸਕਦੇ ਹੋ ਐਵੇਂ, ਹੈ ਨਾ, ਵੀ ਇਹ ਮਸਟੈਟਸ ਦੇ ਬਾਰੇ ਉਹਨਾਂ ਨੂੰ ਦੱਸਦੇ ਹਾਂ, ਪ੍ਰੋਡਕਟ ਉਹਨੇ ਵੇਰਵਾ ਕੰਪਨੀ ਦਾ ਸੀਗਾ, ਐਂਟਾਸ ਦੇ ਸੀਗੇ ਅਤੇ ਆਪਣਾ ਬਹੁਤ ਜ਼ਿਆਦਾ ਸੀਗੇ, ਅਤੇ ਆਹ ਉਹਨਾਂ ਦੀ ਸਟੇਜ ਲੱਗੀ ਹੋਈ ਸੀਗੀ, ਦੇਖ ਸਕਦੇ ਹੋ, ਹੈ ਨਾ। ਅਤੇ ਬਾਕੀ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਪਹਿਲੀ ਵਾਰੀ ਮੇਲਾ ਲੱਗਿਆ ਗਾ। ਅਤੇ ਸਾਡੀ ਲੈਕਚਰਾਰਾਂ ਨਾਲ ਗੱਲ ਹੋਈ ਸੀ, ਜਿਹੜੇ ਉੱਥੇ ਲੈਕਚਰਾਰ ਆ, ਅਤੇ ਉਹਨਾਂ ਨੇ ਸਾਨੂੰ ਨੌਲੇਜ ਦਿੱਤੀ ਸੀਗੀ ਵੀ ਤੁਸੀਂ ਵੀ ਆਪਦੀਆਂ ਕੋਈ ਮੱਝਾਂ ਤਿਆਰ, ਸਾਨੂੰ ਤਾਂ ਮਤਲਬ ਸਾਡੇ ਨਾਲ ਗੱਲਬਾਤ ਹੋਈ ਸੀ ਕਿਉਂਕਿ ਮੈਂ ਉੱਥੇ ਪੜ੍ਹਦਾ ਸੀ, ਠੀਕ ਹੈ। ਅਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਵੀ ਆਪਦੇ ਨਾਲ ਟਾਈਮ 'ਚ ਮੰਗਾਂ ਗਾਂਗਾਂ ਤਿਆਰ ਕਰੋ, ਅਤੇ ਵੀ ਹਰੇਕ ਸਾਲੇ ਮੁਕਾਬਲੇ ਹੋਇਆ ਕਰਨਗੇ, ਪਰ ਕਹਿੰਦੇ ਵੀ ਐਤਕੀ ਥੋੜ੍ਹਾ ਜਿਹਾ ਜਲਦੀ ਹੋਣ ਕਰਕੇ ਅਸੀਂ ਵੀ ਇਹ ਪ੍ਰੋਗਰਾਮ ਪਹਿਲਾਂ ਲਾਉਂ ਮਤਲਬ ਉਮੀਦ ਤੋਂ ਉਹ ਕਰਤਾ ਸੀਗਾ। ਅਤੇ ਇੱਕ ਯੂਨੀਵਰਸਿਟੀ ਦੀ ਖਾਸ ਗੱਲਬਾਤ ਆ ਵੀ ਉਹਦੇ ਵਿੱਚ ਆਪਣਾ PDF ਨੂੰ ਵੀ ਸੰਸਥਾ ਨੂੰ ਵੀ ਆਪਦਾ ਮਤਲਬ ਸਟੋਲ ਲਾਉਂਦੇ ਹੈਗੇ, DFA ਦੀ ਵੀ ਸੀਗੀ ਜਿਹੜੀ ਆਪਣੇ ਦੋ ਚੱਲਦੀਆਂ ਹੈਗੀਆਂ, ਇੱਕ ਇਸ ਵਾਰ ਨਵੀਂ ਬਣ ਗਈ। ਅਤੇ ਇੱਥੇ PDFA ਦੀ ਮੈਂਬਰਸ਼ਿਪ ਮਿਲਦੀ ਸੀਗੀ ਅਤੇ DFA ਦੀ ਵੀ ਮਿਲਦੀ ਸੀਗੀ, ਅਲੱਗ ਅਲੱਗ ਸੀਗੀਆਂ। ਇਹ ਆ ਗਏ ਹੁਣ ਪਸ਼ੂ ਮੁਕਾਬਲੇ ਦੀਆਂ ਰਿੰਗਾਂ, ਜੋ ਤੁਸੀਂ ਸਾਹਮਣੇ ਬੋਰਡ ਲੱਗਿਆ ਦੇਖ ਸਕਦੇ ਹੋ, ਇੱਥੇ ਪਸ਼ੂ ਮੁਕਾਬਲੇ ਹੋਏ ਸੀਗੇ, ਹੈ ਨਾ। ਇੱਥੇ ਖੀਰੀਆਂ ਮੱਝਾਂ ਦਾ ਮੁਕਾਬਲਾ ਸੀਗਾ, ਦੇਖ ਸਕਦੇ ਹੋ ਸਾਰੀਆਂ ਮੱਝਾਂ, ਦੇਖ ਕਿੰਨੇ ਸੋਹਣੇ ਸਿੰਗ ਆ ਗਏ, ਅਤੇ ਸੂਈ ਨੂੰ ਕਾਫੀ ਟਾਈਮ ਹੋ ਗਿਆ ਸੀਗਾ। ਅਤੇ ਬਾਕੀ ਦੇਖ ਸਕਦੇ ਹੋ ਨਾ ਸਾਰੀਆਂ ਮੱਝਾਂ ਗਾ, ਘੱਟ ਮੱਝਾਂ ਆਉਣ ਦੀ ਗਿਣਤੀ ਕਾਰਨ ਹੋ ਗਈ। ਇੱਕ ਤਾਂ ਵੀ ਆਪਣੇ ਦੂਜਾ ਮੇਲਾ ਇੱਕ ਹੋਰ ਲੜਿਆ, ਦੂਜਾ ਇੱਕ ਨੇ ਡੇਟ ਅਨਾਊਂਸ ਆ ਸਾਨੂੰ ਗਰੁੱਪ 'ਚ ਮੈਸੇਜ ਆਇਆ ਸੀਗਾ ਅਤੇ ਬਹੁਤ ਹੀ ਜ਼ਿਆਦਾ ਲੇਟ ਆਇਆ ਸੀਗਾ। ਅਤੇ ਬਾਕੀ ਜਿੰਨੀਆਂ ਮੱਝਾਂ ਆਈਆਂ ਸੀਗੀਆਂ ਬਹੁਤ ਚੰਗੀਆਂ ਆਈਆਂ ਸੀਗੀਆਂ, ਅਤੇ ਇਹਨਾਂ ਦਾ ਨਾਮ ਵੀ ਸੀਗਾ 51,000 ਰੁਪਇਆ। ਅਤੇ ਬਾਕੀ ਤੁਸੀਂ ਦੇਖੋ ਧਿਆਨ ਨਾਲ ਕਿੰਨੀਆਂ ਚੰਗੀਆਂ ਮੱਝਾਂ ਹੈਗੀਆਂ, ਦੇਖ ਸਿੰਗ ਸੁੰਗ ਮੱਥਾ ਮੁੱਥਾ। M29 ਕਹਿੰਦੇ ਇਹਦੀ ਮਾਂ ਸੀਗੀ, M29 ਦੇ ਮਾਂ 'ਤੇ ਤਾਂ ਡਾਕਟਰ ਪਰਮਪਾਲ ਬਠਿੰਡੇ ਸਿਵਲ ਸਰਜਨ ਆ, ਉਹ ਬੈਠੇ ਸੀ। ਇਹ ਦੇਖ ਲਓ ਬੱਕਰੀਆਂ ਦੀ ਰਿੰਗ ਸੀਗੀ, ਦੇਖ ਲਓ ਬੱਕਰਾ ਕਿੱਡਾ ਚੰਗਾ, ਹੈ ਨਾ, ਸਾਰੇ ਬੱਕਰੇ ਸੀਗੇ ਇਹਦੇ ਵਿੱਚ। ਅਤੇ ਦੇਖ ਸਕਦੇ ਹੋ ਨਾ ਟੋਪ ਕੁਆਲਿਟੀ ਦੇ ਉੱਤੇ ਬਹੁਤ ਜ਼ਿਆਦਾ ਮੰਨ ਗਏ ਸੀਗੇ ਵੀ ਯਾਰ ਬਾਕੀ ਲੋਕ ਬਰੀਡਿੰਗ 'ਤੇ ਕੰਮ ਕਰਦੇ ਜਾਂ ਸ਼ੌਂਕ ਨਾਲ ਰੱਖੇ ਹੋਏ ਹੈਗੇ, ਦੇਖੋ ਸਾਰੇ ਬੱਕਰੇ ਕਿੰਨੇ ਚੰਗੇ ਆ, ਹੈ ਨਾ। ਅਤੇ ਬਾਕੀ ਉੱਥੇ ਸੱਜਣ ਮਿੱਤਰ ਪਹੁੰਚੇ ਸੀਗੇ ਸਾਡੇ, ਉੱਥੋਂ ਦੇ MLA ਰਾਮਪੁਰੇ ਦੇ ਬਲਕਾਰ ਸਿੱਧੂ ਆਏ ਸੀਗੇ, ਉਹਨਾਂ ਨੇ ਮਤਲਬ ਪ੍ਰੋਗਰਾਮ ਨੂੰ ਲਾਂਚ ਕੀਤਾ ਸੀ। ਬਾਕੀ ਧੰਨਵਾਦ ਆ ਜਿਹੜੇ ਸਾਡੇ ਵੀਡੀਓ ਦੇਖਦੇ ਹੈਗੇ, ਆਉਣ ਵਾਲੇ ਟਾਈਮ 'ਚ ਚੰਗਾ ਵੀਡੀਓ ਪਾਇਆ ਕਰਾਂਗੇ ਜਿਵੇਂ ਜਿਵੇਂ ਸਾਡੇ ਕੋਲ ਟਾਈਮ ਮਿਲਦਾ। ਧੰਨਵਾਦ।